ਆਦਮਪੁਰ ਦੇ ਨੇੜਲੇ ਪਿੰਡ ਰੋਲੀ ਕਲਾਂ 'ਚ ਗੁਰਦੁਆਰਾ ਸ਼ਹੀਦ ਬਾਬਾ ਮਤੀਦਾਸ ਜੀ ਵਿਖੇ ਇੰਡੀਆ ਬੁੱਕ ਆਫ ਰਿਕਾਰਡ 2017 ਲਈ ਦਸ਼ਮੇਸ਼ ਖਾਲਸਾ ਸ਼ਸਤਰ ਵਿਦਿਆਲੇ ਗੱਤਕਾ ਗਰੁੱਪ ਦੇ ਨੌਜਵਾਨਾਂ ਨੇ ਜਗਮੋਹਨ ਸਿੰਘ ਦੀ ਅਗਵਾਈ 'ਚ ਪੁਰਾਣੇ ਰਿਕਾਰਡ ਤੋੜ ਕੇ ਨਵੇਂ ਕੀਰਤੀਮਾਨ ਦਰਜ ਕੀਤੇ। ਇਸ ਮੌਕੇ ਦਸ਼ਮੇਸ਼ ਖਾਲਸਾ ਸ਼ਸਤਰ ਵਿਦਿਆਲਿਆ ਗੱਤਕਾ ਗਰੁੱਪ ਅਤੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਦੇ ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਮੁਕਾਬਲੇ ਕਰਵਾਏ ਗਏ। ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਰਜਿੰਦਰ ਸਿੰਘ ਫੌਜੀ ਤੇ DSP ਤਰਲੋਚਨ ਸਿੰਘ ਪੁਆਰ ਹਾਜ਼ਰ ਸਨ। ਇਸ ਮੌਕੇ ਦਸ਼ਮੇਸ਼ ਖਾਲਸਾ ਸ਼ਸਤਰ ਵਿਦਿਆਲੇ ਗੱਤਕਾ ਗਰੁੱਪ ਦੇ ਨੌਜਵਾਨ ਭਰਪੂਰ ਸਿੰਘ ਵੱਲੋਂ ਇੱਕ ਤੀਰ ਨਾਲ 18 ਗੁਬਾਰੇ ਇੱਕੋ ਵਾਰ ਪਾੜਨ ਦਾ ਰਿਕਾਰਡ ਬਣਾਇਆ ਗਿਆ। ਅੱਜ ਮੈਂ ਜਿਹੜਾ ਬਣਾਇਆ ਰਿਕਾਰਡ 18 ਬਲੂਨ ਫੋੜੇ ਆ। ਇਸ ਤੋਂ ਪਹਿਲਾਂ ਇੱਕ ਬਣਿਆ ਹੋਇਆ ਸੀ ਰਿਕਾਰਡ, ਉਸ ਬੰਦੇ ਨੇ ਫੋੜੇ ਸੀ, 11 ਬਲੂਨਸ ਫੋੜੇ ਸੀਗੇ। ਮੈਂ ਉਹਦਾ 18 ਬਲੂਨ ਫੋੜ ਕੇ ਬ੍ਰੇਕ ਕੀਤਾ ਰਿਕਾਰਡ ਉਹਦਾ, ਅਤੇ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਅਤੇ ਹੁਣ ਮੈਂ ਅੱਗੇ ਹੋਰ ਬਣਾਊਂਗਾ ਰਿਕਾਰਡ ਵੱਖਰੇ ਵੱਖਰੇ। ਇਸ ਦੇ ਨਾਲ ਪਰਮਜੀਤ ਸਿੰਘ ਨੇ ਵੀ ਏਅਰਗਨ ਨਾਲ ਇੱਕ ਵਾਰ 'ਚ 20 ਗੁਬਾਰੇ ਪਾੜੇ। ਪਹਿਲਾਂ ਕਿਸੇ ਨੇ ਜੀ ਇਹ ਰਿਕਾਰਡ ਨਹੀਂ ਬਣਾਇਆ। ਮੈਂ ਫਸਟ ਟਾਈਮ ਵਿੱਚ ਹੀ ਇੱਕ ਸ਼ੋਟ ਵਿੱਚ ਹੀ 25 ਗੁਬਾਰੇ ਫੋੜ ਕੇ ਮੈਂ ਆਪਣਾ ਰਿਕਾਰਡ ਬਣਾਇਆ ਅਤੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂ ਦਰਜ ਕੀਤਾ ਹੈ ਜੀ। ਮੈਨੂੰ ਬਹੁਤ ਖੁਸ਼ੀ ਹੈ ਇਹ ਗੱਲ ਦੀ। ਦਸ਼ਮੇਸ਼ ਖਾਲਸਾ ਸ਼ਸਤਰ ਵਿਦਿਆਲਿਆ ਗੱਤਕਾ ਗਰੁੱਪ ਦੇ ਨੌਜਵਾਨ ਜਤਿੰਦਰ ਸਿੰਘ ਨੇ 1 ਕੁਇੰਟਲ 13 ਕਿਲੋ ਭਾਰਾ ਮੋਟਰਸਾਈਕਲ ਆਪਣੇ ਹੱਥਾਂ ਨਾਲ 1 ਮਿੰਟ 4 ਸੈਕਿੰਡ ਚੁੱਕ ਕੇ ਰੱਖਣ ਦਾ ਨਵਾਂ ਰਿਕਾਰਡ ਬਣਾਇਆ। ਮੈਂ ਬਾਈਕ ਚੱਕ ਕੇ 1 ਮਿੰਟ 4 ਸੈਕਿੰਡ ਹੋਲਡ ਰੱਖਿਆ ਉਹਨੂੰ। ਕਿੰਨਾ ਵੇਟ ਸੀ ਬਾਈਕ ਦਾ? 1 ਕੁਇੰਟਲ 13 ਕਿਲੋ ਜੀ। ਇਹ ਰਿਕਾਰਡ ਇੰਡੀਆ ਬੁੱਕ ਆਫ ਰਿਕਾਰਡ ਦਿੱਲੀ ਤੋਂ ਟੀਮ ਸਪੈਸ਼ਲ ਇੱਥੇ ਆਈ ਆ, ਜੋ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਪਹਿਲੀ ਵਾਰੀ ਇਹ ਬਾਈਕ ਚੁੱਕਣ ਦਾ ਰਿਕਾਰਡ ਬਣਾਇਆ ਜੀ। ਠੀਕ ਹੈ, ਫਸਟ ਟਾਈਮ ਇਹ ਬਾਈਕ ਚੁੱਕਣ ਦਾ ਰਿਕਾਰਡ ਬਣਾਇਆ ਜੀ ਵਾਹਿਗੁਰੂ ਜੀ। ਇਹ ਮੈਨੂੰ ਮੇਰੇ ਉਸਤਾਦ ਦਸ਼ਮੇਸ਼ ਖਾਲਸਾ ਜੱਬੜ ਵਾਲੇ, ਜਿਨ੍ਹਾਂ ਨੇ ਜਗਮੋਹਨ ਸਿੰਘ ਵੀਰ ਜੀ, ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਮੈਨੂੰ, ਜਿਨ੍ਹਾਂ ਨੇ ਬਹੁਤ ਮੇਰੀ ਮਿਹਨਤ ਕਰਾਈ, ਇਹਨਾਂ ਦੀ ਮਿਹਨਤ ਸਦਕਾ ਹੀ ਇੱਥੇ ਮੈਂ ਆਪਣਾ ਹੌਸਲਾ ਬੁਲੰਦ ਕੀਤਾ, ਰਿਕਾਰਡ ਕੀਤਾ ਜੀ। ਇਹ ਫਸਟ ਟਾਈਮ ਮੈਂ ਰਿਕਾਰਡ ਬਣਾ ਰਿਹਾ ਜੀ। ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਦੇ ਤਪ ਸਥਾਨ 'ਤੇ ਜੋ ਕਿ 3 ਇੰਡੀਆ ਬੁੱਕ ਆਫ ਰਿਕਾਰਡ ਬਣਾਏ ਗਏ ਹਨ। ਇੱਕ ਦੇ ਵਿੱਚ ਬਲੂਨ ਫਾੜੇ ਗਏ ਆ ਤੀਰ ਕਮਾਨ ਦੇ ਨਾਲ, ਇੱਕ ਦੇ ਵਿੱਚ ਏਅਰ ਗਨ ਦੇ ਨਾਲ ਬਲੂਨ ਫਾੜੇ ਗਏ ਆ, ਇੱਕ ਮੋਟਰਸਾਈਕਲ 1 ਮਿੰਟ 4 ਸੈਕਿੰਡ ਹੋਲਡ ਕੀਤਾ ਗਿਆ, ਜੋ ਕਿ ਦਸ਼ਮੇਸ਼ ਖਾਲਸਾ ਸ਼ਾਸਤਰ ਵਿਦਿਆਲਿਆ ਗੱਤਕਾ ਗਰੁੱਪ ਵੱਲੋਂ ਬਣਾਏ ਗਏ ਆ ਜੀ। ਇਹ ਆਉਂਦੇ ਹੀ 6 ਮਹੀਨਿਆਂ ਦੇ ਵਿੱਚ 6 ਰਿਕਾਰਡ ਹੋਰ ਕਲੇਮ ਕਰਨ ਜਾ ਰਹੇ ਹਨ, ਜੋ ਕਿ 6 ਮਹੀਨਿਆਂ ਦੇ ਵਿੱਚ 6 ਰਿਕਾਰਡ ਹੋਰ ਕਲੇਮ ਕਰਕੇ ਇੰਡੀਆ ਦੇ ਨਾਂ ਅਸੀਂ ਦਰਜ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੀਆ ਬੁੱਕ ਆਫ ਰਿਕਾਰਡ ਤੋਂ ਆਏ ਅਧਿਕਾਰੀਆਂ ਚੰਦਨ ਅਰੋੜਾ ਤੇ ਸਚਿਨ ਖੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਰਿਕਾਰਡਾਂ ਨੂੰ ਆਉਣ ਵਾਲੀ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਕੀਤਾ ਜਾਵੇਗਾ।
ਉਹਨਾਂ ਰਿਕਾਰਡ ਬਣਾਉਣ ਵਾਲਿਆਂ ਨੂੰ ਇੰਡੀਆ ਬੁੱਕ ਆਫ ਰਿਕਾਰਡ ਦਾ ਪ੍ਰਮਾਣ ਪੱਤਰ ਤੇ ਟਰਾਫੀ ਵੀ ਦਿੱਤੀ। ਇਹ ਜਿਹੜੇ ਰਿਕਾਰਡ ਅੱਜ ਦੀ ਡੇਟ ਦੇ ਵਿੱਚ ਤਿੰਨ ਜਿਹੜੇ ਨਵੇਂ ਕਾਇਮ ਕੀਤੇ ਗਏ ਨੇ ਬੱਚਿਆਂ ਦੁਆਰਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਰਿਕਾਰਡ ਇੱਕ ਐਰੋ ਦੇ ਨਾਲ 12 ਬੈਲੂਨ ਕ੍ਰੈਸ਼ ਕਰਨੇ ਸੀ, ਜਿਹਦੇ ਲਈ ਜਿਹਦੇ ਨਾਲ ਉਹਦੀ ਇੰਡੀਆ ਬੁੱਕ ਆਫ ਰਿਕਾਰਡਸ ਐਂਟਰੀ ਹੋਣੀ ਸੀ। ਉਹਨਾਂ ਨੇ ਪਹਿਲੇ ਅਟੈਂਪਟ ਦੇ ਵਿੱਚ ਹੀ 15 ਜਿਹੜੇ ਬੈਲੂਨਸ ਨੇ ਕ੍ਰੈਸ਼ ਕੀਤੇ। ਦੂਜਾ ਜਿਹੜਾ ਰਿਕਾਰਡ ਹੈ ਪਰਮਵੀਰ ਸਿੰਘ ਜੀ ਦਾ, ਉਹਨਾਂ ਨੇ ਇੱਕ ਜਿਹੜਾ ਗਨਸ਼ੋਟ ਦੇ ਨਾਲ 25 ਜਿਹੜੇ ਬੈਲੂਨ ਨੇ ਉਹ ਕ੍ਰੈਸ਼ ਕੀਤੇ ਨੇ। ਸੋ ਉਹਨਾਂ ਦਾ ਵੀ ਜਿਹੜਾ ਨਾਮ ਹੈ ਉਹ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਹੋ ਜਾਏਗਾ। ਤੀਜਾ ਜਿਹੜਾ ਰਿਕਾਰਡ ਹੈ ਸਰਦਾਰ ਜਤਿੰਦਰ ਸਿੰਘ ਜੀ ਉਹਨਾਂ ਨੇ ਜਿਹੜਾ ਬਣਾਇਆ ਹੈ ਉਹ ਸੀਗਾ ਕਿ 1 ਮਿੰਟ ਤੱਕ ਤੁਸੀਂ ਆਪਣੀ ਜਿਹੜੀ ਬਾਈਕ ਹੈ ਉਹਨੂੰ ਚੱਕ ਕੇ ਰੱਖਣਾ, ਹੋਲਡ ਕਰਕੇ ਰੱਖਣਾ, ਜਿਹਦੇ ਵਿੱਚ ਉਹਨਾਂ ਨੇ 1 ਮਿੰਟ ਤੇ 4 ਸੈਕਿੰਡ ਜਿਹੜਾ ਬਾਈਕ ਨੂੰ ਚੁੱਕ ਕੇ ਅਤੇ ਇਹ ਰਿਕਾਰਡ ਕਾਇਮ ਕੀਤਾ। ਮੈਂ ਤਿੰਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਇੰਡੀਆ ਬੁੱਕ ਆਫ ਰਿਕਾਰਡਸ ਵੱਲੋਂ, ਅਤੇ ਅਗਲੇ ਸਾਲ ਜਿਹੜੀ ਮੈਗਜ਼ੀਨ ਜਿਹੜੀ ਆਏਗੀ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਹੈ ਉਹ ਅੱਖਰਾਂ ਦੇ ਵਿੱਚ ਉਹਨਾਂ ਦੇ ਵਿੱਚ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਲਿਖਿਆ ਜਾਵੇਗਾ। ਦੇਖੋ ਜੀ, ਇਹ ਸਾਡਾ ਪ੍ਰੋਗਰਾਮ ਗੁਰਦੁਆਰਾ ਪ੍ਰਬੰਧਕ ਕਮੇਟੀ ਡੋਲੀ ਕਲਾਂ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਨੂੰ ਕਰਵਾਇਆ ਗਿਆ। ਇਹਦੇ ਵਿੱਚ ਗੱਤਕਾ ਪਾਰਟੀ ਜਿਹੜੀ ਹੈ ਸਾਡੇ ਨੌਜਵਾਨ ਬੱਚੇ ਉਹਨਾਂ ਨੂੰ ਉਤਸ਼ਾਹ ਕਰਨ ਲਈ ਇੱਥੇ ਪ੍ਰੋਗਰਾਮ ਕਰਵਾਇਆ ਗਿਆ। ਉਹ ਬੱਚਿਆਂ ਨੇ ਬਹੁਤ ਸ਼ਾਨਦਾਰ ਇੱਥੇ ਪ੍ਰੋਗਰਾਮ ਕੀਤਾ। ਅਸੀਂ ਉਹਨਾਂ ਨੂੰ ਰਿਕਾਰਡ ਵਿੱਚ ਨਾਂ ਦਰਜ ਕਰਾਉਣ ਕਰਕੇ ਅਸੀਂ ਉਹਨਾਂ ਗਾਹਾਂ ਵੀ ਉਤਸ਼ਾਹ ਕਰਾਂਗੇ ਤਾਂ ਉਹਨਾਂ ਜਿਸ ਤਰ੍ਹਾਂ ਵੀ ਹੋਊਗੀ ਸਹਾਇਤਾ ਦੇਵਾਂਗੇ। ਉਹ 3 ਰਿਕਾਰਡ ਉਹਨੇ ਸਾਡੇ ਵਾਰਡ ਦੇ ਵਿੱਚ ਕਾਇਮ ਕੀਤੇ ਆ ਇੰਡੀਆ ਦੇ। ਬਾਕੀ ਇਹ ਆ ਵੀ ਅਸੀਂ ਹਰ ਇੱਕ ਬੱਚੇ ਨੂੰ ਇਹ ਕਹਾਂਗੇ ਵੀ ਤੁਸੀਂ ਇਸ ਪਾਸੇ ਲੱਗੋ, ਲੱਗ ਕੇ ਆਪਣਾ ਜਿਹੜਾ ਹੈਗਾ ਰਿਕਾਰਡ ਕੋਈ ਨਸ਼ਿਆਂ ਤੋਂ ਬਚ ਕੇ ਇਸ ਕੰਮ ਨਾਲ ਲੱਗਣ ਕੋ ਤੁਸੀਂ ਆਓ। ਜਿੰਨੀ ਸਾਤੇ ਗੁਰਦੁਆਰਾ ਸਾਹਿਬ ਵੱਲੋਂ ਮਦਦ ਹੋ ਸਕੀ ਇਹ ਕਰਾਂਗੇ, ਔਰ ਬੱਚਿਆਂ ਦੀ ਹੌਸਲਾ ਅਫਜ਼ਾਈ ਜਿੰਨੀ ਹੋ ਸਕੀ ਇਹ ਕਰਾਂਗੇ, ਸਿੱਖੀ ਨਾਲ ਜੋੜਾਂਗੇ। ਤਾਂ ਬਾਕੀ ਇਹ ਆ ਬੱਚੇ ਆਪੇ ਉਤਸ਼ਾਹ ਹੋ ਕੇ ਜਿਹੜੇ ਸਾਡੇ ਕੋਲ ਆਉਣਗੇ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਜਿੰਨਾ ਵੀ ਹੋ ਸਕਿਆ ਅਸੀਂ ਉਹਨਾਂ ਨੂੰ ਮਦਦ ਕਰਾਂਗੇ ਔਰ ਸਿੱਖੀ ਦੇ ਵਿੱਚ ਪ੍ਰਫੁੱਲਤ ਕਰਨ।